एक लाइन और पढ़ांगे बाइबल दी, बाइबल की कहें देखिए की लिखिया ये जिहड़ियां लाइनां इस करके लिख मैं तुहानूं पढ़ा रहा ताकि तुहाडी समझ आए। पहला इतिहास 29 चैप्टर दी 15 पढ़ी के लिखा है, इत्थे एक बहुत अच्छी गल लिखी है। हाँ पहला इतिहास 29 अध्याय उहदी 15 असीं तां आपणे वड्ड वडेरियां दी न्याई तेरे अगे ओपरे अते राही हाँ। सुनिए असीं अपने बाप दादियां दी न्याई, साढ़े बजुर्ग जिहड़े मर गए असीं उपरे ते की हां वडेरे हाँ। हाँ धरती उत्ते साडियां दिहाड़ियां छां वांगू हन अते कुछ ठिकाणा है नहीं। ਇਹ ਤਾਂ ਛਾਂ ਵਾਂਗੂ ਆ, ਕੋਈ ਟਿਕਾਣਾ ਨਹੀਂ ਹੈ। ਔਰ ਹੇ ਯਹੋਵਾ ਸਾਡੇ ਪਰਮੇਸ਼ਰ ਇਹ ਸਭ ਜ਼ਖੀਰਾ ਮੈਂ ਜਿਹੜਾ ਸੜਾ ਚਾਹੁੰਦਾ ਤੁਹਾਨੂੰ ਪ੍ਰਭੂ ਕੀ ਕਹਿੰਦਾ, ਉਹ ਪੈਸੇ ਦੀ ਗੱਲ ਕਰ ਰਿਹਾ ਦਾਊ, ਜਿਹੜਾ ਜ਼ਖੀਰਾ ਤੂੰ ਦਿੱਤਾ ਉਹਦੇ ਬਾਰੇ ਗੱਲ ਕਰ ਰਿਹਾ। ਦਾਊ ਦੀ ਕੀ ਕਹਾਤ ਆ ਕਿ ਕੁਛ ਦੇ ਸਕੇ ਤੇਰੇ ਭਵਨ ਲਈ, ਇਹਦੇ ਲਈ ਕਿਹਾ। ਪੜ੍ਹੀਏ ਹੇ ਯਹੋਵਾ ਸਾਡੇ ਪਰਮੇਸ਼ਰ ਹਾਂ ਇਹ ਸਭ ਜ਼ਖੀਰਾ ਇਹ ਸਭ ਜੋ ਤਨ ਦੌਲਤ ਆ ਜਿਹੜਾ ਅਸਾਂ ਇਕੱਠਾ ਕੀਤਾ ਹੈ, ਜਿਹੜਾ ਅਸੀਂ ਇਕੱਠਾ ਕੀਤਾ ਕਿ ਤੇਰੇ ਪਵਿੱਤਰ ਨਾਮ ਦੇ ਲਈ, ਤੇਰੇ ਪਵਿੱਤਰ ਨਾਮ ਦੇ ਲਈ ਇੱਕ ਭਵਨ ਬਣਾਈਏ, ਇੱਕ ਭਵਨ ਬਣਾਈਏ ਤੇਰੇ ਹੀ ਹੱਥੋਂ ਆਇਆ, ਤੇਰੇ ਹੀ ਹੱਥੋਂ ਆਇਆ ਔਰ ਸਭ ਤੇਰਾ ਹੀ ਹੈ, ਸਭ ਤੇਰਾ ਹੀ ਹੈ। ਔਰ ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ ਮੈਂ ਇਸ ਗੱਲ ਦਾ ਵੀ ਜਾਣੂ ਹਾਂ ਹਾਂ ਜੋ ਤੂੰ ਮਨ ਦੀ ਪ੍ਰੀਖਿਆ ਕਰਦਾ ਹੈ। ਮੈਂ ਜਾਣਦਾ ਕਿ ਤੂੰ ਮਨ ਦੀ ਕੀ ਕਰਦਾ, ਪ੍ਰੀਖਿਆ ਕਰਦਾ ਹੈ, ਪ੍ਰੀਖਿਆ ਕਰਦਾ ਔਰ ਔਰ ਸੱਚਾਈ ਤੈਨੂੰ ਪਾਉਂਦੀ ਹੈ, ਸੱਚਾਈ ਤੈਨੂੰ ਪਾਉਂਦੀ ਆ ਔਰ ਮੈਂ ਤਾਂ ਆਪਣੇ ਮਨ ਦੀ ਸੱਚਾਈ ਨਾਲ ਇਹ ਸਭ ਕੁਝ ਮਨ ਦੇ ਪ੍ਰੇਮ ਨਾਲ ਚੜਾਇਆ ਹੈ। ਇੱਕ ਬਦੋਗਿਰੀ ਨਾਲ ਚੜਾਣਾ, ਇੱਕ ਪ੍ਰੇਮ ਨਾਲ ਖੁਦਾ ਨੂੰ ਖੁਸ਼ੀ ਨਾਲ ਦੇਣ ਵਾਲੇ ਨੂੰ ਗ੍ਰੰਥਾਂ ਤੇ ਖਾਚੇ ਲਿਖਿਆ ਖੁਦਾ ਕੀ ਕਰਦਾ ਹੈ, ਪਿਆਰ ਕਰਦਾ, ਖੁਸ਼ੀ ਨਾਲ ਦੇਣਾ, ਇੱਕ ਬਦੋਗਿਰੀ ਨਾਲ ਹੈ। ਤੇਰੇ ਬਦੋਗਿਰੀ ਦੇ ਦਾਨ ਨਾਲ ਵੀ ਖੁਦਾ ਦਾ ਮਨ ਖੁਸ਼ ਨਹੀਂ ਹੈ, ਇਹਦਾ ਲਿਖਿਆ ਹੈ। ਇਹ ਜੋ ਕੁਛ ਤੂੰ ਦਿੱਤਾ ਤੇਰੇ ਦਿੱਤੇ ਹੋਏ ਚੋਂ ਮੈਂ ਦਿੱਤਾ, ਖੁਦਾ ਕਿਹੜਾ ਸਾਨ ਕੀਤਾ। ਕਈ ਲੋਕ ਵੀ ਸਾਨ ਕਰਦੇ ਆ, ਕਈ ਸਾਨ ਕਰਦੇ ਕਿ ਮੈਂ ਯਾਰ ਦਿੰਦਾ ਆ, ਇਹ ਤੇਰਾ ਪਾਪ ਆ, ਇਹ ਤੇਰਾ ਗੁਨਾਹ ਆ, ਇਹ ਵੀ ਤੈਨੂੰ ਰੋਕੇਗਾ। ਮੇਰੇ ਭੈਣ ਭਰਾ ਦਾਊਦ ਨੇ ਗੱਲ ਕਹੀ, ਦਾਊਦ ਦੀ ਕੀ ਔਕਾਤ ਆ ਤੈਨੂੰ ਖੁਦਾ ਕੋ ਦੇ ਸਕੇ, ਮੈਨੂੰ ਤੂੰ ਸਵਾਹ ਦਿੱਤੇ, ਸਵਾਹ ਦਿੱਤੇ, ਮੈਂ ਧਨ ਕਮਾਇਆ, ਤੇਰੇ ਦਿੱਤੇ ਚੋਂ ਦਿੱਤਾ, ਕੋਈ ਮੈਂ ਵੱਡਾ ਕੰਮ ਨਹੀਂ ਕੀਤਾ, ਇਹ ਤਾਂ ਤੁਸੀਂ ਮੈਨੂੰ ਦਿੱਤਾ ਪ੍ਰਭੂ ਜੀ, ਮੈਂ ਤੁਹਾਨੂੰ ਦੇ ਦਿੱਤਾ। ਮੱਸੀ ਵਿੱਚ ਮੇਰੇ ਭੈਣ ਭਰਾਓ ਬਾਈਬਲ ਕੀ ਕਹਿੰਦੀ ਆ, ਇੱਥੇ ਸਾਡਾ ਕੋਈ ਸਿਸਟਮ ਨਹੀਂ ਆ, ਅਸੀਂ ਖਾਲੀ ਆਏ ਹਾਂ ਅਤੇ ਖਾਲੀ ਚਲੇ ਜਾਣਾ। ਇੱਕ ਗੀਤ ਗਾਣਾ, ਨਾ ਕੁਛ ਲਾਏ ਇਸ ਦੁਨੀਆ ਮੇ ਨਾ ਲੈ ਜਾ ਸਕਤੇ ਹੈ, ਯਿਸੂ ਹੈ ਦੁਨੀਆ ਕਾ ਨੂਰ, ਨੂਰੇ ਯਸੂ ਪਾ ਸਕਤੇ ਹੈ। ਇਸ ਕਰਕੇ ਮੇਰੇ ਭੈਣ ਭਰਾਓ ਇਹ ਬਾਈਬਲ ਦੀਆਂ ਕੁਛ ਆਇਤਾਂ ਮੈਂ ਤੁਹਾਨੂੰ ਟੱਚ ਕਰਨਾ ਚਾਹੁੰਦਾ। ਕਹਿੰਦਾ ਦਾਊਦ ਕੀ ਆ, ਕੁਛ ਵੀ ਨਹੀਂ ਦਾਊਦ, ਦਾਊਦ ਜਦਕਿ ਰਾਜਾ ਆ, ਰਾਜਾ ਹੋਣ ਦੇ ਬਾਵਜੂਦ ਕਹਿੰਦਾ ਦਾਊਦ ਕੁਛ ਨਹੀਂ ਆ। ਔਰ ਇਹ ਗੱਲ ਦਾਊਦ ਨੇ ਵੀ ਆਪਣੀ ਪੁਸਤਕ 'ਚ ਗੱਲ ਕਹੀ, ਬਹੁਤ ਅੱਛੀ, ਪੜ੍ਹੀਏ 39 ਜਬੂਰ ਉਹਦੀ 4 ਐਤ ਔਰ ਜਬੂਰ 90 ਉਹਦੀ 9 ਐਤ। ਮੈਂ ਤੁਹਾਨੂੰ ਇਸ ਕਰਕੇ ਤੁਹਾਡੇ ਖਾਨੇ 'ਚ ਉਤਾਰਨਾ ਚਾਹੁੰਦਾ ਕਿ ਇੱਥੇ ਹੈ ਨਹੀਂ ਕੁਛ ਵੀ, ਇਹ ਸਾਡੀ ਦੇਹੀ ਵੀ ਆਪਣੀ ਨਹੀਂ ਆ, ਇਹ ਵੀ ਮਿੱਟੀ ਚੋਂ ਨਿਕਲੀ ਤਾਂ ਮਿੱਟੀ ਵਿੱਚ ਜਾਣ ਵਾਲੀ, ਇਹ ਵੀ ਜਿਹਨੂੰ ਤੁਸੀਂ ਬਹੁਤ ਧਿਆਨ ਦੇ ਰਹੋ ਜਿਹਦਾ। ਪੜ੍ਹੀਏ ਕੀ ਲਿਖਿਆ 39 ਜਬੂਰ ਉਹਦੀ 4 ਆਇਤ। ਹੇ ਯਹੋਵਾ, ਹੇ ਪਰਮੇਸ਼ਰ, ਮੈਨੂੰ ਮੇਰਾ ਉੜਕ ਦੱਸ, ਮੈਨੂੰ ਮੇਰੇ ਦਿਨ ਕਿੰਨੇ ਸਿਖਾ, ਅਤੇ ਇਹ ਵੀ ਕਿ ਮੇਰੇ ਦਿਨਾਂ ਦੀ ਲੰਬਾਈ ਕਿੰਨੀ, ਮੇਰੇ ਦਿਨਾਂ ਦੀ ਲੰਬਾਈ ਕਿੰਨੀ ਆ, ਤਾਂ ਕਿ ਮੈਂ ਜਾਣਾ ਕਿ ਮੈਂ ਕਿੱਡਾ ਅਨਿਤ ਹਾਂ, ਮੈਂ ਕਿੰਨਾ ਅਨਿਤ ਹਾਂ, ਔਰ ਵੇਖ ਤੈਂ ਮੇਰੇ ਦਿਨ ਚੱਪਾ ਪਾ ਠਹਿਰਾਏ, ਮੇਰੇ ਦਿਨ ਚੱਪਾ ਪਾ ਠਹਿਰਾਏ ਨੇ, ਅਤੇ ਮੇਰੀ ਉਮਰ ਤੇਰੇ ਅੱਗੇ ਕੁਝ, ਮੇਰੀ ਉਮਰ ਤੇਰੇ ਅੱਗੇ ਕੁਝ ਵੀ ਨਹੀਂ। ਸੱਚਮੁੱਚ ਹਰ ਆਦਮੀ, ਸੱਚਮੁੱਚ ਪ੍ਰਤੇਕ ਵਿਅਕਤੀ, ਭਾਵੇਂ ਅਸਥਿਰ ਵੀ ਹੋਵੇ, ਭਾਵੇਂ ਸਭ ਕੁਝ ਹੋਵੇ, ਤਾਂ ਵੀ ਸਾਹ ਮਾਤਰ ਹੀ ਹੈ ਕਦੋਂ ਵੀ ਉਹ ਚਲਾ ਜਾਏਗਾ, ਤਾਂ ਵੀ ਉਹਨੇ ਚਲੇ ਜਾਣਾ, ਤਾਂ ਵੀ ਕੁਛ ਨਹੀਂ ਹੈ। ਔਰ ਫਿਰ ਸੱਚਮੁੱਚ ਮਨੁੱਖ ਛਾਇਆ ਹੀ ਵਾਂਗੂ ਫਿਰਦਾ ਹੈ, ਸੱਚਮੁੱਚ ਇਨਸਾਨ ਛਾਇਆ ਵਾਂਗੂ ਫਿਰਦਾ, ਸੱਚਮੁੱਚ ਉਹ ਵਿਅਰਥ ਰੌਲਾ ਪਾਉਂਦਾ ਹੈ, ਵਿਅਰਥ ਰੌਲਾ ਪਾਉਂਦਾ, ਉਹ ਮਾਇਆ ਜੋੜਦਾ ਹੈ, ਪੈਸੇ ਜੋੜ ਰਿਹਾ ਪਰ ਨਹੀਂ ਜਾਣਦਾ ਭਈ ਉਹਨੂੰ ਕੌਣ ਸਾਂਭੇਗਾ, ਉਹਨੂੰ ਕੌਣ ਸਾਂਭੇਗਾ। ਮਸੀਹ ਵਿੱਚ ਮੇਰੇ ਭੈਣ ਭਰਾਓ ਹਰ ਬਸ਼ਰ ਦਾ ਹਾਲ ਇਹੀ ਹੈ, ਚਾਹੇ ਉਹ ਕਿਸੇ ਬੈਂਕ 'ਚੋਂ ਰਿਟਾਇਰ ਹੋਵੇ, ਮਿਲਟਰੀ 'ਚੋਂ, ਨੇਵੀ 'ਚੋਂ, ਏਅਰਫੋਰਸ 'ਚੋਂ,
डॉक्टर होवे, सिविल सर्जन होवे, कोई भी होवे, वो भुलिया है कि वो सोचा कि मैं अपनी ताकत ना कमा रहा। बाइबल इदा कहती है, बाइबल की कहती, इदा लिखा वैसे, मैं तुहानू साथ दिता ताकि तू धन कमाए तो उहदे नाल मेरी की करे, हिंदी च लिखा प्रतिष्ठा करे। पर आदमी इस गल तक चुक जाता है, वह कमजोर पै जाता, इस अवस्था से आके कलाम के मुताबक कमजोर पै जाता है। जिले वह देन लैन से सिस्टम आता, वह मन खुदा ना वफादार नहीं होता, उन्हें स्वर्ग से जाना बाइबल की कहती नहीं जाएगा। जिले तुम मलाखी के पुस्तक पढ़ते पढ़िए, तीन अठ की लिखा, मैं तुम्हें पढ़ाना चाहना, इस करके बाइबल कहती पर लग दे, यह माया में इसी जबूर से लिखा, यह उड़ जाती है, अज तेरे हाथ उच्चा कल किसी होर च। जिहड़ी ऑफरिंग तुसीं इत्थे दे के जानी, मैनू इत्थों कट्ठे करनी, उहनू गिणिया जाना, जिन्हें जिन्हें हाथ आनी गिण के वो सोनू दे भाई तरसेम कोई भी एनीवे उहदे हाथ च फड़ा देनी, कलू कलू अज तेरे हाथ तेरी जेब च, कलू इन्हां को होनी, किसी को इन्होंने चक के बैंक दे आनी, वो किसी होर के हाथ चल देनी, बैंक चो किसी होर बाद च लिखी, ये हत्थां दी मैल, इहनू कहंदे मैल, अज तेरे हाथ विच आ, जिले तेरा सह निकल गया फिर तेरे हाथ चो भी चली गई, एक कितने होर दे हाथ विच आ गई। सारा संसार इदे चल रहा। मैं तुहानूं कहना, जे विश्वासी हाँ तो उहदी इच्छा च रह के जीना सिख, ताकि तेनू स्वर्ग तो कोई रोक ना सके। पढ़िए की लिखिया, की कोई आदमी परमेश्वर नूं ठगेगा, की कोई आदमी परमेश्वर नूं ठगेगा, पर तुसा मैनूं ठग लिया। बाइबल कहंदी तुसी मैनूं ठग लिया, अते तुसी आखदे हो, तुसी आखदे हो केड़ी गल विच असा तेनूं ठग लिया, दसवंदा अते भेटां विच। इह तां ओल्ड टेस्टामेंट दी गल आ, बाइबल दे न्यू टेस्टामेंट लिखिया, हुण तुहानूं ज्यादा देना है। इत्थे ओल्ड टेस्टामेंट च सिर्फ टाइथ सी, न्यू टेस्टामेंट विच ज्यादा सी, ज्यादा देना, दसवें तो ज्यादा देना। बाइबल कहती, पता क्यों देना, खुदा तुहानू गरीब रहन देना नहीं चाहता। बशक जी साढ़े इत्थे कुछ नहीं है, मैनू पता नहीं रहना, पर परमेश्वर चाहता है। इहदा पौलुस ने पत्र लिखा, मैं चाहता हूं तुम्हारे पास बहुत ताय से हो ताकि औरों को भी देने के लिए हो। इहदा लिखिया कि कोई आदमी परमेश्वर नूं ठगेगा नहीं। मलाकी 3:8 की लिखिया, क्या कोई आदमी परमेश्वर को ठग लेगा? कैन अ मैन डिसीव गॉड? पर तुमने मुझे ठग लिया। बट यू हैव डिसीव मी। कादे चे? इन व्हाट? पेटा चे? इन टाइथ्स ते दशवंत विच। एन ऑफरिंग्स। इहदा मतलब दोनों चीजां बाइबल दीआं। देयर दैट मींस जिहड़े तुसीं अज आए हो, दोज हू हैव कम टू, तुसीं अपनी पेट देण आए हो, you have come to offer, jile tusi onu chadaoge, and when you offer it, tanu pata, do you know, tanu pata, do you know, bible ki kehndi hai, what does bible say? Sam Taylor ek prabhu da das han, a servant of god, bangalore de andar, who belongs to bangalore, unna da college hai, he has a college, bahut bada college hai, it's a big college, apne church te log bhi 8-10 utho study karke aaye, even our church people have studied, e papa bhai baitha kalma to e bhi karke aaye hai, brother has studied from there, ये भी करके स्टडी इतों आए, he also studied from there, तुहानू पता, do you know, वो तनवस्था ते प्रचार करदे आ, he talks about sound, उन्हें एक बुक छापी, and he printed a book, वो बुक काफी गई लोका को, and it was circulated among people, वो बाइबल दे गुड टीचर ने, he is a very good teacher of bible, बहुत अच्छे टीचर ने, a very good teacher of bible, मैं दो बारी अपने चर्चे भी आ चुके ने, I've invited him twice, बहुत साल पहला आए सी, many years ago, वो इत्थे सिखा के गए सी, and he taught, उन्हां दी बुक च की लिखिया, what is written in his book, unne ki likhya, virodh etan avastha de bare, about right doctrines, kande tusi kisi ko 100 rupaya litta, if you have taken 100 rupaya tusi unnu wapas karta, and 100 you return, ki ehsan kita, what favor, oh ta oda si, it belonged to him, you returned him, it to oda si, it belonged to him, kehda ehsan kita, what favor, je tu unnu 10 vi vadh dinda, even if you pay 10 ki tusi mainu 100 ditta, you gave me 100, main tanu vadh dena chahunda, I want to give you more, wo aadmi khush ho jayega, and that person would be okay ga nahi koi nahi yaar fir ki ho gaya, he would say there is no need, tusi ko tu mainu 100 ta si, you would say you gave me, main tenu 150 dena chahunda, I want to return you 150, wo kehnda nahi mera mann hai, and the person says no, wo aadmi kinna gilla karega tere te, how delighted, kadi nahi karega, he would never be, ka khush ho jayega, but he'll be delighted, unne apne pusteda likha hai, that's how he's written, unne ki kiya, what did he say, jisse parmeshwar na
When you have such a relation with God, that's how he written. You received 1,000. And 100 belong to God. You gave 100. Did you do good? You got 10,000. You gave 1,000. Did you do any favor to him? You didn't do any favor. It belonged to Bible God. According to Bible, you returned it to God. You didn't do any favor. You didn't even. You returned what belonged. Therefore, you sow now. Sow the seed. And then it will be sprouted. It will be sprouted. And then he gave some reference. In his book, it's written Isaac, he didn't pay tithe. He sowed the seed. काल दे समय चे. And during the time काल दे समय चे बीज बोया. During the time of famine, वो सौ गुना हो गया. And it gave 100. लेका इसहाक तनी हो गया. And Isaac became rich. और जिले पढ़ोगे. When you read it, जिले तनी हो गया. When he became rich, लोग को तो खिजन लग गए. People started those who were against him, they wanted him to leave. They wanted him to leave that place. When we read this, this happens. Our relatives, when we build a good house, when we buy a car, they jealous of us. ਕਈ ਰਿਸ਼ਤੇਦਾਰ ਔਖੇ ਹੁੰਦੇ ਆ. Sometimes people. ਕਈ ਵਾਰ ਪੜੋਸੀ ਔਖੇ ਹੁੰਦੇ ਆ. Even the neighbors get jealous. ਸਾਡੇ ਨਜ਼ਦੀਕ ਦੇ ਯਾਰ ਮਿੱਤਰ ਵੀ ਥੋੜਾ ਜਿਹਾ ਔਖੇ ਹੁੰਦੇ ਆ. Even near and dear ones get jealous. ਪਰ ਮੈਂ ਦੱਸਣਾ ਚਾਹੁੰਦਾ ਤੁਹਾਨੂੰ. But I want to tell you. ਪ੍ਰਭੂ ਦੇ ਲੋਕ ਕਦੀ ਔਖੇ ਨਹੀਂ ਹੁੰਦੇ. People of God. ਤੁਹਾਨੂੰ ਖੁਦਾ ਵਧੀਆ-ਵਧੀਆ ਚੀਜ਼ਾਂ ਦੇਵੇ. If God gives you good things. ਮੇਰਾ ਮਨ ਖੁਸ਼ ਹੋਏਗਾ. I will be happy. ਇੱਥੇ 100 ਗੱਡੀ ਬਾਹਰ ਲੱਗੀ ਹੋਵੇ ਤੁਹਾਡੀ. If there are 100 cars standing. ਬੈਠਣ ਨੂੰ ਜਗ੍ਹਾ ਨਾ ਹੋਵੇ. You don't have space. ਲੋਕਾਂ ਕੇ ਪੁੱਛਣ ਲੋਕਾਂ ਨੂੰ ਬਾਹਰ. And people may ask. ਯਾਰ ਇੰਨੀਆਂ ਗੱਡੀਆਂ ਕਿਉਂ ਖੜੀਆਂ ਐ? Why so many cars are parked? ਬਾਹਰ ਲੋਕ ਕੀ ਕਹਿਣ? And what would people say? ਇਹ ਚਰਚ ਦੇ ਲੋਕ ਬਹੁਤ ਅਮੀਰ ਆ. That the people in this church are very rich. ਇਹ ਚਰਚ ਦੇ ਲੋਕ ਬਹੁਤ ਅਮੀਰ ਆ. People in this church are very rich. ਇੱਥੇ ਬੜੇ ਬੜੇ ਲੋਕ ਆ ਰਹੇ. Great people come here. ਇੱਥੇ ਬਹੁਤ ਬੜੇ ਹਾਈ-ਫਾਈ ਲੋਕ ਆ ਰਹੇ. Rich people come to this church. ਪੁੱਛਣ. And if they ask, a fortune ki di hai. Who does it? Oh, oh, chutti kmeez wala kaya si, oh khad karke gaya. And the person in white shirt, he parked it. Ki a car ki di hai. And who to whom it belongs? Oh, ke nila ja suit chutti chunni pehn leti ohi car. And a sister, oh car te aayi si. She came by car. Tin bacche si. And she had three children. ਜਿਲੇ ਮੈਨੂੰ ਇਹ ਪਤਾ ਲੱਗੇਗਾ ਐਂਡ ਵੈਨ ਆਈ ਗੈਟ ਟੂ ਨੋ ਦਿਸ ਮੈਂ ਆਨੰਦਿਤ ਹੋ ਜਾਊਂਗਾ ਆਈ ਵਿਲ ਬੀ ਡਿਲਾਈਟਡ ਜਿਲੇ ਦਾ 300-400 ਗੱਡੀ ਬਾਹਰ ਖੜੀ ਹੋਵੇਗੀ 300 ਟੂ 400 ਕਾਰਸ ਆਪਾ ਮੈਂ ਜਾਤੀਆਂ ਪੁੱਛਣਗੀਆਂ ਐਂਡ ਜੈਂਟਾਈਲਸ ਵੁੱਡ ਆਸਕ ਇਹ ਕੀ ਦੀ ਹੈ ਟੂ ਹੂ ਡਸ ਇਟ ਬਿਲੋਂਗ ਇਹ ਮੋਟਰਸਾਈਕਲ ਕੀ ਦਾ ਬੁਲਟ ਟੂ ਹੂ ਡਸ ਇਟ ਇਹ ਤਾਂ ਬੜਾ ਮਹਿੰਗਾ 2.5-2 lakh ਦਾ ਹੈ ਇਟਸ ਵੈਰੀ ਐਕਸਪੈਂਸਿਵ ਇਹ ਕੀ ਦਾ ਹੈ ਟੂ ਹੂ ਡਸ ਇਟ ਬਿਲੋਂਗ ਉਹ ਕੋ ਚਰਚੇ ਕਪਲ ਆਇਆ ਉਹਦਾ ਹੈ ਅ ਕਪਲ ਹੈਸ ਕਮ ਟੂ ਚਰਚ ਇਟ ਬਿਲੋਂਗ ਇਹ ਇਹ ਜਿਹੜੀ ਖਬਰ ਆ ਨਾ ਦਿਸ ਨਿਊਜ਼ ਪਰਮੇਸ਼ਰ ਵੇਦੇ ਚਾਹੁੰਦਾ ਹੈ That's how God wants. Parmeshwar chahunda ke tusi dhani ho. God wants you to be Parmeshwar rich. Parmeshwar Bible kehndi ho chahunda nahi je gareeb hovo. God didn't want you. Ese karke Malaki ne gal kahi. That's why. Ese karke Malaki di pustak likhi. That's why it's written. Aur ye ki likhya? Ki koi aadmi Parmeshwar nu thagega? Ki koi aadmi Parmeshwar nu thagega? Par tusa mainu thag liya. Par tusi mainu thag liya. Ate tusi aakde ho. Tusi aakde ho. Kehdi gal vich aakde ho? Kehdi gal vich thag liya? Dashwanda ate peta vich. Dashwansh ate peta vich. Aur ਤੁਸੀਂ ਸਰਾਪੀਆਂ ਦੇ ਸਰਾਪੀ ਹੋਏ ਇਹਦਾ ਮਤਲਬ ਜਿਹੜਾ ਨਹੀਂ ਦਿੰਦਾ ਉਹਨੂੰ ਗਲਤ ਗੱਲ ਲਿਖੀ ਗਈ ਆ ਗਲਤ ਨਹੀਂ ਬਾਈਬਲ ਦੇ ਮੁਤਾਬਕ ਲਿਖਿਆ ਕਿ ਉਹ ਸ਼ਰਾਪੀ ਸ਼ਰਾਬ ਟੁੱਟੇਗਾ ਜਿਲੇ ਤੁਸੀਂ ਦੋਗੇ ਇੱਥੇ ਭੈਣ ਜੀ ਪਿੱਛੇ ਬੈਠੇ ਨੇ ਪਤਾ ਨਹੀਂ ਸੁਨੀਤਾ ਕੋਈ ਤਾਂ ਖੜੀ ਹੋ ਭੈਣ ਜੀ ਕਿੱਥੇ ਗਏ ਨੇ ਮੈਂ ਹੁਣੀ ਉਹਨਾਂ ਗੱਲ ਕੀਤੀ ਪਿੱਛੇ ਕਿੱਥੇ ਨੇ ਅੱਜ ਕੋਈ ਤਾਂ ਆਉਂਦੇ ਭੈਣ ਜੀ ਹਾਂ ਇੱਧਰ ਆਈਏ ਖੜੇ ਹੋਈਏ ਇੱਧਰ ਦੇਖੇ ਕਿਹਦੇ ਮੂੰਹ ਖੜੀ ਹੈ ਇਹ ਪਿਛਲੇ ਸੰਡੇ ਆਏ Last Sunday she came. ਨੇ ਕਲਾਮ ਸੁਣਿਆ? She heard the word. ਮੈਨੂੰ ਕੀ ਕਹਿੰਦੇ? What did she say to me? ਕਹਿੰਦੇ ਮੇਰਾ ਦਸ਼ਵੰਤ ਆ। And they paid their tithe. ਤੁਹਾਨੂੰ ਪਤਾ ਕੀ ਹੋਇਆ? You know what happened? ਇਧਰ ਖਿਆਲ ਕਰ ਕੀ ਹੋਇਆ? Pay attention what happened. ਮੈਂ ਦੇ ਸ਼ੋਲਡਰ ਤੇ ਹੱਥ ਰੱਖੀ। I laid my hand on his shoulder. ਮੈਂ ਹੱਥ ਰੱਖੀ ਕੀ ਕਿਹਾ? And lady ਮੈਂ ਕਿਹਾ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। And I said may God bless you. ਇਹਨੇ ਮੈਨੂੰ ਫੋਨ ਕਰ ਕੀ ਕਿਹਾ? And she called me and said ਕਮਲੇਸ਼ ਨੇ ਫੋਨ ਚੁੱਕਿਆ। And Sister Kamlesh answered the phone. ਮੈਂ ਗੱਡੀ ਚਲਾ ਰਿਹਾ ਸੀ। I was driving. ਮੈਂ ਕਿਹਾ ਸੁਣ ਕੀਦਾ ਹੈ? And I asked ਇਹਨੇ ਕੀ ਕਿਹਾ What did she say ਕੰਦੇ ਜਿਲੇ ਮੈਂ ਦੋਸ਼ਣ ਦਿੱਤਾ When I paid tithe ਮੇਰੀਆਂ ਨਾੜੀਆਂ ਬਲੌਕ ਸੀ there was some blockage in my body ਬਹੁਤ ਪੀੜਾ ਚ ਸੀ I was in pain ਮੌਸੇ ਲ ਚੰਗੀ ਹੋ ਗਈ At that time I got healed
ਉਸੇ ਵੇਲੇ ਕਹਿੰਦੀ ਮੈਂ ਚੰਗੀ ਹੋ ਗਈ that very moment i got healed ਉਸੇ ਵੇਲੇ ਚੰਗੀ ਹੋ ਗਈ that very moment i got healed ਕੀ ਹੋਇਆ you know what happened ਸ਼ਰਾਬ ਟੁੱਟ ਗਿਆ and that curse was ਬੋਲੋ ਕਾਦਾ what curse ਬੋਲੋ ਕਾਦਾ ਬੋਲੋ ਕਾਦਾ ਇਹ ਕਹਿੰਦੇ ਮੈਂ ਪੂਰੇ ਤੌਰ ਤੇ ਖੜੀ ਖੜੀ ਚੰਗੀ ਹੋ ਗਈ ਜਿਹਨੇ ਤੈਨੂੰ ਕਿਹਾ ਖੁਦਾ ਤੁਹਾਨੂੰ ਕੀ ਦੇਵੇ ਤੁਹਾਨੂੰ ਬਰਕਤ ਦੇਵੇ ਇੱਥੇ ਕੀ ਲਿਖਿਆ What's written here? मैं नहीं कहता। I don't say। इन्होंने मनु क्या है? She said to me। मैं कहा तुसी बिल्कुल ठीक हो। I asked her, is she all right? कदी मैं बिल्कुल ठीक हूँ। She said she's all right। परमेश्वर तानु पैंजी बहुत आयत ना बरकत देवे। Sister, may God bless you abundantly। बैठिए। मैं सुना चाहना था। I want to tell you। Bible की कंदी। What does Bible say? Bible की कंदी। What does Bible say? और ये नुकी लिखिया। तुसी शरापियाँ दे शरापी हो। तुसी शरापियाँ दे किया। वो एक भाई पिछे बैठा भाई चंद्रपाल जी और उन्हें मकान स्टार्ट किया मकान बनाया मैनू बुलाया भाई जी कहते जाना भाई मैं क्या चलते हैं चले गए नींह पत्थर रखिया जाने तो बाद एक डब्बा बड़ा अच्छा मिठाई का बहुत अच्छा दिता मैं ऑफरिंग दी दुआ की एक डब्बा भाई नूं दिता असी आ गए लेंटर पै गया तो बाद नी 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 रखी फिर लेंटर पाना फिर लेंटर से दुआ कराई फिर एक डब्बा दिता फिर ऑफरिंग दी हूँ उपर फिर बना रहे ने ए मैं की कहते कहते हूँ फिर भाई चंद्रपाल ने बना कहते फिर बुला मैं क्या हाँ कहते फिर डब्बा देना मैं कहो सानू डब्बे दे जांदे आ ते लेंटर ते लेंटर वाह जांदे बाइबल दा खुदा इदां वाला नहीं बोलो बोलो किदां दा देन वाला देन वाला सुनिए बाइबल की कहंदी बाइबल की कहंदी व्हाट इज बाइबल की लिखा फिर दोबारा इहनू ख्याल नाल सुनिए हां की कोई आदमी परमेश्वर नु ठगेगा कोई आदमी परमेश्वर नु ठगेगा पर तुसा मेनू ठग लिया पर तुसा मेनू ठग लिया अते तुसी आखदे हो तुसी आखदे हो केड़ी गल विच असा केड़ी गल विच तुसी ठग लिया दशवंदा अते पेटा विच पर प्रभु दे इक बहुत शुक्र सानू संडे दो दिन ही लेना पंदा ले लेना पंदा बिना ते चोपड़ा साहब बिना भैन जी पता नहीं औखी होके पता नहीं पिछे बहिंदी है कोई 25-30 पैकेट दुध दे हर संडे ओ गठ मार के लेंदे ते जाके उत्ते अलमारी उत्ते फ्रिज विच रख देंदे है हर संडे बीज बो रहे ने बी 25-30 पैकेट हर संडे लिया के रख देते बाइबल कहती किसने मुझे दिया उसे मैं वापस लौटा दूं इधे लिखा 41:10 च लिखा इत्थे की लिखा पढ़िए तुसी शरापियां दे शरापी होए इहदा मतलब शराब टुटेगा बीमारी का भी पर कदों गरीबी का कर्जे का तेरे केस भी तेरे हल सॉल्व खुदा कर देगा जे तेरा कोई केस भी सॉल्व नहीं हो रहा ते तुसी शराबियों के शराबी होए और की लिखा तुसी मैनू ठगदे हो तुसी मैनू ठग लिया सगो सारी कौम भी कल्ले मसीही नहीं दुनिया के लोग भी कदम ठगते हैं और सारे दशवंद मेरे मोदी खाने विच लियाओ और ता जो मेरे भवन विच भोजन होवे बाइबल चाहती है कि हर संडे खाना होना चाहिए कलाम तो यही कहता है हर संडे चर्च विच खाना होवे मेरे घर च खाना होवे और अते उसे नाल मेनू जरा परताओ उसे नाल जरा मेनू परताओ सेना दा यहोवा आखदा है सेना दा यहोवा आखदा कि मैं तुहाडे लई आकाश दीआं खिड़कियां आकाश दिया खिड़कियां की कर दूंगा खोलता हाँ कि नहीं खोलता हाँ कि नहीं तो हाड़े लिए बरकत बरामा तो हाड़े लिए बरकत बहामा इत्थो ती कि ओदे लिए था ना होवेगा इदा मतलब परमेश्वर सानू तनी करन विच खुश है परमेश्वर चाहता कि ओदी संतान तनी होवे पाल सुन कहिंदा तुहाडे को देन नू बहुत आयत ना होवे तुहाडे को कोई मंगे ते वस्थावरण दी पुस्तक पूरी होवे बहुतियां जातियां तो की लैन गई उधार तुसी नहीं लोगे बल्कि तुम बहुत उधार दोगे बाइबल कहती है और न्यू टेस्टामेंट जी लाइन इदे लिखी है इदे लिखी है उस चैप्टर पिछले असं खोलिया से पढ़िया भी सी है ना
ਇੱਥੇ ਅਗੇ ਲਿਖਣ ਪੜ ਕੇ ਅਗੇ ਕੀ ਲਿਖਿਆ ਪੜਨਾ ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਛਿੜਕਾਂਗਾ ਜਿਹੜਾ ਤੁਹਾਡੀ ਬਰਕਤ ਨੂੰ ਖਾਏਗਾ ਕਹਿੰਦੇ ਬਹੁਤ ਲੋਕਾਂ ਦੇ ਮੂੰਹ ਸੁਣਾ ਕਹਿੰਦੇ ਭਾਜੀ ਬਿਮਾਰੀ ਤੇ ਚੱਲ ਜਾਂਦੇ ਆ ਦੇ ਨਹੀਂ ਹੁੰਦੇ ਜੇ ਤੂੰ ਦੇਣਾ ਸ਼ੁਰੂ ਕਰਤਾ ਖੁਦਾ ਛਿੜਕ ਦੇਗਾ ਤੇਰੀ ਬਿਮਾਰੀ ਨੂੰ ਵੀ ਖੁਦਾ ਉਹਨੂੰ ਕੱਢ ਦੇਗਾ ਤੇਰੇ ਵਿੱਚੋਂ ਦੀ ਜੇ ਤੂੰ ਇਸ ਫੈਸਲੇ ਨਾਲ ਆਏਗਾ ਕਿ ਪ੍ਰਭੂ ਮੈਂ ਮੇਰੇ ਤੇ ਦਿਆ ਕਰ ਮੈਂ ਤੇਰੇ ਨਾਲ ਵਫਾਦਾਰ ਹੋ ਜਾਣਾ ਬਾਈਬਲ ਕਹਿੰਦੀ ਆ ਉਹ ਛਿੜਕੇਗਾ ਤੇਰੇ ਪੈਸੇ ਨੂੰ ਖਾਣ ਤੇਰੇ ਤੋਂ ਸ਼ਰਾਬ ਟੁੱਟੇਗਾ ਇਹ ਗੱਲ ਖੁਦਾ ਚਾਹੁੰਦਾ ਹੈ ਕਿ ਤੁਸੀਂ ਕਰਜ਼ਾ ਨਾ ਹੋ ਅੱਗੇ ਕੀ ਲਿਖਿਆ ਕਿ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ ਨਾ ਕਰੇ ਤੁਹਾਡੇ ਜ਼ਮੀਨ ਦੇ ਫਲਾਂ ਨੂੰ ਇਸਰਾਇਲ ਨੂੰ ਕਿਹਾ ਨਾਸ ਨਾ ਕਰੇ ਔਰ ਅਤੇ ਤੁਹਾਡੇ ਅੰਗੂਰ ਪੈਲੀ ਵਿੱਚ ਅਫਲ ਨਾ ਰਹਿ ਜਾਣ ਔਰ ਜਿਹੜੇ ਤੁਸੀਂ ਕਰੰਥੀਆਂ ਦਾ ਖਤ ਪੜੋਗੇ ਉਹ ਚ ਇੱਕ ਲਾਈਨ ਔਰ ਮੈਂ ਤੁਹਾਨੂੰ ਪੜਾਉਣਾ ਚਾਹੁੰਦਾ ਉਹ ਬੜੀ ਅੱਛੀ ਲਾਈਨ ਹੈ ਕਰੰਥੀਆਂ ਦਾ ਖਤ ਸ਼ਾਇਦ ਦੂਸਰਾ ਕਰੰਥੀਆਂ ਤੈਨੂੰ ਔਰ ਇੱਧਰ ਖਿਆਲ ਕਰੀਏ ਜਿਵੇਂ ਮੈਂ ਪ੍ਰਭੂ ਚ ਨਵਾਂ ਨਵਾਂ ਆਇਆ ਨਾ ਸਨ 88 ਵਿੱਚ When I was a baby in the Lord, ਤਨ ਪਤਾ Do you know? ਜਿਲੇ ਕਦੀ ਸਾਡੇ ਪਾਰਿਸ ਸਾਹਿਬ ਨੇ ਇਸ ਗੱਲ ਦਾ ਪ੍ਰਚਾਰ ਕਰਨਾ And when my pastor used to preach about this, ਮੈਨੂੰ ਇੰਨਾ ਅੱਛਾ ਨਹੀਂ ਸੀ ਲੱਗਦਾ I didn't really like it. ਤੁਹਾਡੇ ਵਿੱਚੋਂ ਵੀ ਨਹੀਂ ਕਈਆਂ ਨੂੰ ਲੱਗਦਾ ਹੁਣ Maybe some of you also don't like ਜਿਹੜੇ ਲਾਈਵ ਸੁਣਗੇ ਉਹਨਾਂ ਨੂੰ ਵੀ ਕਈਆਂ ਨੂੰ ਚੰਗਾ ਲੱਗਦਾ Those who listen to me live they don't ਪਤਾ like ਕਿਉਂ Do you know why? ਕਿਉਂ Why? ਇਹ ਖੁਦਾ ਦੀ ਇੱਛਾ ਚ ਰਹਿਣਾ ਨਹੀਂ ਚਾਹੁੰਦੇ Because they don't want to be in the will of ਸ਼ਰਾਪਿਤ ਰਹਿਣਾ ਚਾਹੁੰਦੇ ਆ They want to be cursed Bible ਕੀ ਕਹਿੰਦੀ ਹੈ What does Bible say? ਕੋਈ ਸ਼ਰਾਪਿਤ ਆਦਮੀ ਉਹਦੇ ਰਾਜ ਚ ਨਹੀਂ ਜਾਏਗਾ A cursed person cannot enter his kingdom ਨਹੀਂ ਜਾਏਗਾ cannot enter rehna kaiyan ne he'll be here odi ichha puri na karan karke because he didn't fulfill his will church aa sakde ho he can come to church swarg chin ja sakde but can't enter into heaven kaiyan nu changa lagda some don't like it par jille main gal samajh gaya but when I understood this mainu pata lag gaya I realized mera khuda mainu tani karna chahunda that my god want to bless khuda mainu sharab thale nahi rakhna chahunda god doesn't want me to keep mainu bimari chin rakhna chahunda god doesn't want me to keep sick khuda mainu ਪਤਾ ਕਿੱਥੇ ਬਿਠਾਉਣਾ ਚਾਹੁੰਦਾ ਹੈ ਡੂ ਨੋ ਵੇਅਰ ਗੋਡ ਵਾਂਟ ਟੂ ਇਨਸਟ੍ਰੋਨ ਪਤਵੰਤਾ ਚ ਬਿਠਾਉਣਾ ਚਾਹੁੰਦਾ ਹੈ ਪਤਵੰਤ ਇੱਜ਼ਤਦਾਰ ਲੋਕਾਂ ਚ ਅਮੰਗ ਦ ਰਿਸਪੈਕਟਡ ਪੀਪਲ ਬੜੇ ਲੋਕਾਂ ਚ ਦੀ ਐਜੂਕੇਟਡ ਪੀਪਲ ਇਹ ਗੱਲ ਸੈਮੂਅਲ ਦੀ ਪੁਸਤਕ 2:7 ਚ ਲਿਖੀ ਆ ਇਟਸ ਰਿਟਨ ਇਨ ਦ ਬੁੱਕ ਆਫ ਸੈਮੂਅਲ ਲਿਖਿਆ ਉਹ ਗਰੀਬ ਨੂੰ ਖਾਕ ਚੋਂ ਚੁੱਕਦਾ ਟੂ ਅ ਪੂਅਰ ਹੀ ਲਿਫਟਸ ਫਰਮ ਦ ਪਤਵੰਤਾ ਚ ਬਿਠਾਉਂਦਾ ਐਂਡ ਹੀ ਮੇਕਸ them ਰਿਚ ਅਮੰਗ ਦ ਉਹ ਪਤਵੰਤਾ ਚ ਬਿਠਾਉਂਦਾ ਅਮੰਗ ਦੋਸ ਰਿਸਪੈਕਟਡ ਤੁਹਾਨੂੰ ਪਤਾ ਡੂ ਯੂ ਨੋ ਇਧਰ ਖਿਆਲ ਕਰੀਏ ਇਦੇ ਮੇਰੇ ਖਿਆਲ ਕਰੀਏ ਪੇ ਅਟੈਂਸ਼ਨ ਹੇਅਰ ਤਾਂ ਇਹ ਗੱਲ ਧਿਆਨ ਰੱਖੀਏ ਪੇ ਅਟੈਂਸ਼ਨ ਆਪਾਂ ਜਾਣੇ ਨਾ ਵੈਨ ਵੀ ਗੋ ਤੁਹਾਨੂੰ ਪਤਾ ਕਿ ਮੈਂ ਦੇਖਿਆ ਡੂ ਯੂ ਨੋ ਵਾਟ ਆਈ ਹੈਵ ਸੀਨ ਮੈਂ ਆਪਣੀ ਜ਼ਿੰਦਗੀ 'ਚ ਇਹ ਦੇਖਿਆ ਆਈ ਹੈਵ ਸੀਨ ਇਨ ਮਾਈ ਲਾਈਫ ਸ਼ਾਦੀ 'ਤੇ ਵੀ ਦੇਖਿਆ ਇਵਨ ਇਨ ਵੈਡਿੰਗਸ ਮਾਲ 'ਚ ਜਾ ਕੇ ਦੇਖਿਆ ਇਵਨ ਇਨ ਮਾਲਸ ਬੜੀਆਂ ਦੁਕਾਨਾਂ 'ਚ ਜਾ ਕੇ ਦੇਖਿਆ ਇਵਨ ਇਨ ਬਿਗ ਸ਼ਾਪਸ ਜੇ ਕੋਈ ਆਦਮੀ ਬੜਾ ਆਦਮੀ ਹੁੰਦਾ ਨਾ ਇਫ ਅ ਰਿਚ ਪਰਸਨ ਕਮਸ ਰਿਸ਼ਤੇਦਾਰਾਂ 'ਚ ਵੀ ਕੋਈ ਬੜਾ ਆਦਮੀ ਹੋਵੇ ਇਵਨ ਇਨ ਰਿਲੇਟਿਵ ਸਮਬਡੀ ਇਜ਼ ਰਿਚ ਉਹਦੀ ਬਹੁਤ ਆਦਰ ਭਾਵ ਕਰਦੇ ਲੋ ਹੀ ਇਜ਼ ਹਾਈਲੀ ਰਿਸਪੈਕਟਡ ਜੇ ਤੁਹਾਡੇ ਰਿਸ਼ਤੇਦਾਰ 'ਚ ਕੋਈ ਬੜਾ ਕੋਈ ਆਦਮੀ ਹੋਵੇ If somebody is rich in your relatives ਮਾਲੋ ਕੋਈ ਬੜੇ ਅਹੁਦੇ ਤੇ ਹੋਵੇ maybe at a good designation ਉਹ ਗੱਡੀ ਖੜੀ ਕਰਕੇ ਬਾਹਰ ਆਂਦਾ ਨਾ when he parks his car ਤੇ ਰਿਸ਼ਤੇਦਾਰ ਦੌੜ ਕੇ ਜਾਂਦੇ ਹਨ and relatives go ਪੈਸੇ ਵਾਲਾ ਹੈ because he is a rich person ਤੁਹਾਨੂੰ ਪਤਾ do you know ਤੇਰਾ ਖੁਦਾ ਵੀ ਚਾਹੁੰਦਾ ਹੈ because your god wants ਲੋਕ ਤੁਹਾਡੀ ਇੱਜ਼ਤ ਕਰਨ that people may respect ਸਦੀਏ ਗੱਲ ਲਿਖਣੀ ਪਈ that's why he had to write 2:7-9 ਚ ਲਿਖਿਆ it's written ਸੈਮੂਅਲ ਦੀ ਪੁਸਤਕ in the book of samuel 7 ਉਹ ਗਰੀਬ ਨੂੰ ਖਾਕ ਚੋਂ ਚੁੱਕਦਾ to a poor he lifts up from ashes ਥੱਲੋਂ ਚੱਕਦਾ from ashes he lifts him ਪਤਵੰਤਾ ਚ ਬਿਠਾਉਂਦਾ and among the respected ਇਸੇ ਕਰਕੇ ਯਿਸੂ ਸੇ ਨੇ ਕਰੰਥੀਆਂ ਦੇ ਖਾਚੇ ਗੱਲ ਲਿਖੀ that's why it's written in the book of corinthians ਮੈਂ ਤੁਹਾਨੂੰ ਸਾਫ਼ ਕਰਨਾ ਚਾਹੁੰਦਾ i want you to be ਉੱਥੇ ਕੀ ਲਿਖਿਆ what is written there ਇੱਕ ਲਾਈਨ ਪੜਾਂਗੇ let's read one verse our chapter 7 ਪੜ੍ਹ ਕੇ ਲਿਖਿਆ ਦੂਸਰਾ ਕਰੰਥੀਆਂ 8 ਬਾਪ ਉਹਦੀ 7 ਹੈ ਪਰ ਜਿਵੇਂ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਨੇਚਾ ਅਤੇ ਵਚਨ ਅਤੇ ਗਿਆਨ ਅਤੇ ਸਾਰੇ ਜੋਸ਼ ਅਤੇ ਉਸ ਪ੍ਰੇਮ ਵਿੱਚ ਜੋ ਤੁਹਾਡੇ ਤੁਹਾਨੂੰ ਸਾਡੇ ਨਾਲ ਹੈ ਵੱਧ ਗਏ ਹੋ ਇਹਨੂੰ ਫਿਰ ਖਿਆਲ ਨਾਲ ਸੁਣੀਏ ਇਹ ਗੱਲ ਨੂੰ ਅੱਜ ਇਨਸਾਨ ਇੱਧਰ ਨਹੀਂ ਵੱਧ ਰਿਹਾ ਕਿੱਧਰ ਵਾਧਾ ਮੈਂ ਦੇਖਿਆ ਫਿਰ ਇਸ ਲਾਈਨ ਨੂੰ ਪੜ੍ਹੀਏ ਪਰ ਜਿਵੇਂ ਤੁਸੀਂ ਹਰੇਕ ਗੱਲ ਵਿੱਚ ਜਿਵੇਂ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਨੇਚਾ ਅਰਥਾਤ ਵਿਸ਼ਵਾਸ ਵਿੱਚ ਅਤੇ ਵਚਨ ਵਚਨ ਵਿੱਚ ਅਤੇ ਗਿਆਨ ਇਹ ਕਰੰਥੀਆਂ ਦੀ ਕਲੀਸਿਆ ਇਸ ਕੰਮ 'ਚ ਵੱਧ ਗਈ ਸੀ ਪਰ ਆਫਰਿੰਗ ਦੇਣ 'ਚ ਪਿੱਛੇ ਸੀ ਟਾਈਪ ਦੇਣ 'ਚ ਪਿੱਛੇ ਸੀ ਇਹ ਚਰਚ ਕਰੰਥੀਆਂ ਦਾ ਉਹਨੂੰ ਕੀ ਲਿਖਿਆ ਹਾਂ ਅਤੇ ਸਾਰੇ ਜੋਸ਼ ਅਤੇ ਉਸ ਪ੍ਰੇਮ ਵਿੱਚ ਜੋਸ਼ ਵਿੱਚ ਕੋਈ ਕੰਮ ਕਰਾਂ ਮੈਂ ਕਰ ਦੂੰਗਾ ਪਾਰਿਸ ਸਾਹਿਬ ਕੋਈ ਗੱਲ ਨਹੀਂ ਪੌਲਸ ਜੀ ਮੈਂ ਕੰਮ ਕਰੂੰਗਾ ਦਰਿਆ ਦਾ ਬੇਫਿਕਰ ਰੋ ਖਾਣਾ ਬਣੇਗਾ ਅਸੀਂ ਕਰਾਂਗੇ ਇਹ ਹਰ ਕੰਮ 'ਚ ਵਧੇ ਹੋਇਆ ਬਾਈਬਲ ਦੀ ਗੱਲ ਕਰਨੀ ਹਾਂਜੀ ਮੈਨੂੰ ਪਤਾ ਉੱਥੇ ਲਿਖਿਆ ਆ
हाँ जी ओल्ड टेस्ट मूसा की व्यवस्था से लिखा, हाँ जी मैंने पता यसू मसीह ने गल कही है, ये सारिया गलों से वध गए ने पर उन्हें की क्या पल सुने जो तुहानू साडे नाल है वध गए हो वध गए हो तिवें तुसी पुन्न दे काम विच वी वध जाओ और तुसी दान पुन्न दे काम च वी वध जाओ एदा पल सुने गल कहनी पई बाकी कमां च वध गए हो And Paul had to say this that you have excelled in everything. That to see is come to kyun vadde? And why don't you excel in giving? Jis kam nu tera khuda chahunda hai. That your father wants. Khuda chahunda hai. God wants it. Ke tu se tani ho. That you may be rich. Bahutyan nu davo. And you may be giver. Bahutyan nu. To many. Manu kise ne kiya? Somebody said to me. Marriage a kise di? Somebody is. Kisi ladki di? Girl is going to get married. Manu message aaya. I got a message. Paaji oh tonu milna chahunde. That they want to meet you. Main kyon mainu milna chahunde? I asked the reason. Kehnde unhan di beti di shaadi aa. Because the daughter is getting married. Oh paaji na gal karni hai. And they want to talk to you. Pata ki gal karni hai? You know what they want to talk? Ke meri kudi tusi vyah do. That you get my daughter married. Main keh yaar main ta lain den te prachar kar reha mere ko mangi ja rahe. Baby. Suniye main sun. Main keh ki karna ki hai? Ki karoge? वो कंधे तो ना बैठ के गल करनी है एंड दे वांटेड टू सिट विद मी एंड टॉक मैं तो दसना चाहना आई वांट टू टेल यू एक ए नोबता कदों आंदी है व्हेन डज द सिचुएशन पता कदों आंदी है व्हेन इट अराइज जिसले असी मलाकी दी पुस्तक तक नहीं चलदे फिर सानू दूजा को मंगन दी लोड पंदी व्हेन वी डोंट वॉक अकॉर्डिंग टू द बुक ऑफ मलाकी वी हैव टू आस्क फ्रॉम अदर्स मसीह विच मेरी बेनती है इन क्राइस्ट इट्स माय रिक्वेस्ट बाइबल नु पूरा करिए Let's fulfill why tera khuda tenu izzat davega your god will respect you tadhi geet likhe na that's why it's written izzat teri vadavega that you will be highly respected kon who zor di boliye bolo zor di yakub da khuda chahunda hai ki tusi lokan nu ki karo that you may give to others agle anpad ki likhya main hukm naal nahi hukm nahi ha par hor na de josh naal aur na jive aur rok dende han ਤੁਹਾਡੇ ਪ੍ਰੇਮ ਦੀ ਸੱਚਾਈ ਨੂੰ ਪਰਖਣ ਲਈ ਇਹ ਆਖਦਾ ਹਾਂ ਹਾਂ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਇਹ ਗੱਲ ਲਿਖੀ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਨੂੰ ਜਾਣਦੇ ਹੋ ਜੋ ਭਾਵੇਂ ਉਹ ਧਨੀ ਸੀ ਸਾਡਾ ਯਿਸੂ ਸੀ ਗਰੀਬ ਨਹੀਂ ਸੀ ਪਰ ਤੁਹਾਡੇ ਲਈ ਨਿਰਧਨ ਬਣਿਆ ਤੁਹਾਡੇ ਲਈ ਗਰੀਬ ਹੋ ਗਿਆ ਭਈ ਤੁਸੀਂ ਉਹਦੀ ਨਿਰਧਨਤਾਈ ਤੋਂ ਧਨੀ ਹੋ ਜਾਓ ਉਹਦੀ ਨਿਰਧਨਤਾਈ ਤੋਂ ਕੀ ਹੋ ਜਾਓ ਧਨੀ ਹੋ ਜਾਓ ਖੁਦਾ ਚਾਹੁੰਦਾ ਕਿ ਉਹਦਾ ਚਰਚ ਕੀ ਹੋਵੇ ਬੋਲੋ ਜ਼ੋਰ ਦੀ ਬੋਲੀਏ ਧਨੀ ਹੋ ਜਾਏ ਪਰਮੇਸ਼ਰ ਚਾਹੁੰਦਾ ਆ ਉਹਦੀ ਕਲੀਸਿਆ ਕੀ ਹੋਵੇ बोलो दोनों हाथ खड़े कवे ओदी कलीसिया अमीर होवे आ बीजियो ना पावे तुसी सुनिए खुदा चाहुंदा कि ओदा चर्च की होवे बोलो की होवे अमीर होवे गरीब होवे कि अमीर होवे अमीर खुदा चाहुंदा कि ओदा चर्च देन वाला होवे मैं इत्थे ही नहीं कहना देना होवे तेरे रिश्तेदार भी तेरे को आके कहन तेरा गवांडी भी कवे कि जे तुसी कोई साडी की कर सकदे हो बोलो की कर सकदे बोलो की कर सकते हेल्प कर सकते ए ते मैं भी चाहना है कि लेबर क्राइस्ट चर्च ए वाला नहीं बोलो किदा होवे बोलो किदा वाला होवे देन वाला किदा होवे भाई तेरा विजन वाला होवे देन वाला साडे तुसी यसम सिरु जानदे हो हिंदी च पंडाक्षर किते लिखे लाई एनु हिंदी हिंदी की लिखया हां थैंक यू इसलिए जैसे तुम हर बात में अर्थात विश्वास वचन ज्ञान और सब प्रकार के मैं बहुत लोगों ने देखा 35 साल के अंदर बड़े बड़े कलाम जो थे लिखे पर सब इतने लिखे जे वैनिन पूछा वैनिन भी हीलिंग कर दे प्रचार कर दे सब कुछ कर दे जिदन एक पादरी साहब ने पुलता दुश्मन ने उड़ गए वैनिन उदन हिल गए जवाब नहीं आया फिर मनु पुत्र आत्मा ने कायल किया तू बेवफा वफादार नहीं है उस तो बाद उन्होंने देना शुरू किया तो वैनिन की पुस्तक किदा लिखिया लिखिया तो मैं पढ़िया कहिंदा तो बाद मेरा शराब टुट गया कभी मैं मंगन की लोड़ नहीं पई अज तक लोग मेरे को लैके जा रहे हैं मैं जिन्नियां मीटिंगां बहुत जगह कीतियां उत्थे कई कई लख रुपया मैं दिता खुदा ने मैनू देने वाला बनाता और मैं हुण किसी गल की कमी नहीं रही मैं लोगों को देना सिखाया उन्हें अपनी एदा पुस्तक लिखा जो टीवी से भी सुनया उन्होंने बारे इतने बोलते पे एक बार बड़ी लंबी गल आ पुरानी गल आ मैं उन्होंने सुनया देन बारे उस गल ने कई साल पहला मेरे दिल में झंझोड़िया कि तू इदा नहीं है जिहड़ी गल ये कह रहे उस तो बाद गल 12-15 साल पहले की गल आ उस तो बाद मैं सही रीति जिवें वैनी ने सिखाया उस तो बाद मैं देना शुरू किया
देना शुरू किया। तो परमेश्वर ने उस तो बाद मैनू बरकत देनी शुरू की। मेरे भैन भरा जिथे नहीं भी कितने आशा मैं होंगी उतों भी खुदा मैं दवा दिया। आप मैं फोन आके कहते पारसव के चर्च में असं मिलना चाहते। तुहानू पता एक बार मैं आस्ट्रेलिया तो किसी ने एक दर्शन देखा किसी ने उन्हें मैं थोड़े जे पैसे भेजे एक दिन। ये बड़ी पुरानी गल आ। उन्हें खुदा ने कहा मैं भेजना चाहनी हाँ। खुदा ने मेरी शक्ल दिखा ली उस लेडी कहती इतने भेज दे। खुदा ने कहा इतने भेज दे सुफने से ये व्यक्ति देख। उन्हें नैट तो मैं लभ्या। उन्हें इदा इदा लभदी रही तो मेरी फोटो उन्हें देखा कि यही व्यक्ति है जिन्हों भेजनी। मेरे भैन भरा कहो जा खुदा आ किदा लोगों बरकत देना चाहता परमेश्वर। मैं तुम दसना चाहना प्रभु दे विच कि जिहड़ा इंसान इस गल ते लगा रहिंदा इस वचन पूरा करेगा वो श्रापित नहीं रहेगा। ओदियां हड्डियां मांसपेशियां ओदियां हस्तपुस्त रहनगियां। खुदा नूं कहिए प्रभु मैं देने वाला हाँ फिर मेरे ते मुश्किल क्यों आ। तेरा कलाम कहिंदा ना शराब टुटेगा बीमारी की शराब आ मैनू तो आजाद कर। एक कहना पाएगा यीशु मसीह नूं ते तेरा खुदा तेनू जवाब देगा। ये जिहड़ी लाइन मैं तुहानूं पढ़ाई है इदां लिखी है। पढ़िए की लिखिया पढ़िए अर्थात विश्वास वचन ज्ञान और सब प्रकार के यत्न में और उस प्रेम में जो हमसे रखते हो हाँ। बढ़ते जाते हो और वैसे ही इस दान के काम में भी बढ़ते जाओ। इस दान के काम में भी बढ़ते जाओ और मैं आज्ञा की रीति पर तो नहीं हुक्म नहीं कर रहे हैं। हुक्म नहीं है क्योंकि कोई तानू जबरदस्ती की जा रही। मैं सिखाना है कि तुहाड़ा शराब किवें टुटेगा। अगे तुसी चलना नहीं चलना वो तुहाड़ी मर्जी है। ये कोई बंदोगिरी नहीं है। ये कोई किसी ते जोर जारा नहीं है। इंसान की अपनी इच्छा है। बाइबल कहती है और की लिखा परंतु दूसरों के उत्साह से हाँ। तुम्हारे प्रेम की सच्चाई को परखने के लिए कहता हूं तुम हमारे प्रभु यीशु मसीह का अनुग्रह हमारे प्रभु यीशु मसीह का अनुग्रह जानते हो कि वह धनी होकर भी तुम्हारे लिए कंगाल बन तुम्हारे कारण कंगाल हो गया ताकि उसके कंगाल हो जाने से हाँ तुम धनी हो जाओ। तुम धनी हो जाओ। तेरा खुदा चाहता है। खुदा चाहता खुदा चर्च गरीब नहीं। बोलो की होवे बोलो जोर दी बोले की होवे अमीर होवे ते दूजा नू ते आइए अपने पैरों ते खड़े होवांगे। अज अरदास करांगे प्रभु दे अगे।